ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਇੱਕ ਤੁਹਾਡੇ ਲਈ ਹੋਰ ਨਵਾਂ ਜ਼ਮੀਨ ਦਾ ਜਿਹੜਾ ਟੱਕ ਹੈ, ਵਿਕਾਊ ਹੈ, ਉਹ ਲੈ ਕੇ ਆਏ ਹਾਂ। ਜੇ ਇਸ ਜ਼ਮੀਨ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ 7 ਕਿੱਲਿਆਂ ਦਾ ਇਹ ਟੁਕੜਾ ਹੈਗਾ ਅਤੇ ਜਿਹਦੇ ਵਿੱਚੋਂ 5 ਕਿੱਲੇ ਆਪਾਂ ਨੂੰ ਮਿਲ ਜਾਣਗੇ, ਕਿਉਂਕਿ 5 ਕਿੱਲੇ ਵਿਕਾਊ ਹੈ। 3 ਭਰਾਵਾਂ ਦੀ ਇਹ ਜ਼ਮੀਨ ਹੈ, 2 ਭਰਾ ਵੇਚ ਰਹੇ ਨੇ, 1 ਭਰਾ ਨਹੀਂ ਵੇਚਦਾ, ਤਾਂ ਇਸ ਕਰਕੇ 5 ਕਿੱਲੇ ਇਹਦੇ ਵਿੱਚੋਂ ਮਿਲਣਗੇ। ਅਤੇ ਜੇ ਜ਼ਮੀਨ ਦੀ ਆਪਾਂ ਖਾਸੀਅਤ ਦੀ ਗੱਲ ਕਰੀਏ ਤਾਂ ਇਹ ਰਤੀਆ ਰੋਡ ਤੋਂ 1 ਕਿਲੋਮੀਟਰ ਦੂਰ ਹੈ ਜਿਹੜੀ ਜ਼ਮੀਨ ਹੈਗੀ ਆ, 11 ਫੁੱਟ 25 'ਤੇ ਲੱਗਦੀ ਹੈ ਅਤੇ ਸੂਏ ਦੇ ਤੋਂ ਤਕਰੀਬਨ ਅੱਧਾ ਕਿੱਲਾ ਪਿੱਛੇ ਹੈਗੀ ਹੈ ਸੂਏ ਤੋਂ, ਅਤੇ ਪਾਣੀ 1 ਨੰਬਰ ਹੈ, ਵਿੱਚ ਮੋਟਰ ਲੱਗੀ ਹੋਈ ਹੈ। ਅਤੇ ਜੇ ਤੁਸੀਂ ਜ਼ਮੀਨ 5 ਕਿੱਲੇ ਇਹ ਖਰੀਦਦੇ ਹੋ ਤਾਂ ਤੁਹਾਨੂੰ 3 ਹਿੱਸਾ ਦੋ ਹਿੱਸੇ ਮੋਟਰ ਦੇ ਜਿਹੜੇ ਆ ਮਿਲ ਜਾਣਗੇ, ਜਾਣੀ ਕਿ ਇਹ ਕਹਿ ਸਕਦੇ ਹਾਂ ਆਪਾਂ ਵੀ 3/2 ਹਿੱਸਾ ਜਿਹੜਾ ਮੋਟਰ ਦਾ ਤੁਹਾਨੂੰ ਮਿਲ ਜੂਗਾ। ਅਤੇ ਜੇ ਇਸ ਜ਼ਮੀਨ ਦੀ ਆਪਾਂ ਹੋਰ ਅੱਗੇ ਗੱਲ ਕਰੀਏ ਤਾਂ ਇਸ ਜ਼ਮੀਨ ਵਿੱਚ ਜਿਹੜਾ ਤੁਸੀਂ ਝੋਨਾ, ਕਣਕ, ਫਲ, ਸਬਜ਼ੀਆਂ, ਕੋਈ ਵੀ ਵਰਾਇਟੀ ਹੈ ਜਿਹੜੀ ਤੁਸੀਂ ਲਾ ਸਕਦੇ ਹੋ। ਪਾਣੀ 1 ਨੰਬਰ ਹੈ ਜ਼ਮੀਨ ਦਾ, ਅਤੇ ਮਿੱਟੀ ਹੈ ਜਿਹੜੀ ਬਹੁਤ ਵਧੀਆ ਹੈਗੀ ਹੈ। ਅਤੇ ਇਸ ਜ਼ਮੀਨ ਦੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਇਸ ਜ਼ਮੀਨ ਦੀ ਜਿਹੜੀ ਡਿਮਾਂਡ ਹੈ ਉਹ ਤਕਰੀਬਨ 38 ਲੱਖ ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਇਸ ਜ਼ਮੀਨ ਦੀ ਡਿਮਾਂਡ ਹੈ ਜਿਹੜੀ ਕੀਤੀ ਜਾ ਰਹੀ ਹੈ। ਅਤੇ ਤਕਸੀਮ ਦਾ ਟੱਕ ਹੈ, ਤਕਸੀਮ ਦਾ ਆਏ ਹਾਂ ਕਿਉਂਕਿ 3 ਭਰਾਵਾਂ ਦੀ ਹੈਗੀ ਹੈ 7 ਕਿੱਲੇ, ਜਿਹਦੇ ਵਿੱਚ 2 ਭਰਾ ਵੇਚਦੇ ਆ, ਅਤੇ 5 ਕਿੱਲੇ ਜ਼ਮੀਨ ਹੈ ਜਿਹੜੀ ਆਪਾਂ ਨੂੰ ਇਹ ਮਿਲ ਜੂਗੀ। ਅਤੇ ਵਾਹੀਯੋਗ ਕੰਮ ਵਾਸਤੇ ਇਹ ਬਹੁਤ ਵਧੀਆ ਜ਼ਮੀਨ ਹੈ, ਅਤੇ ਵਿੱਚ ਢਾਣੀ ਵਗੈਰਾ ਪਾ ਕੇ ਵੀ ਰਹਿ ਸਕਦੇ ਹੋ, ਕਿਉਂਕਿ ਪਿੰਡ ਤੋਂ ਵੀ ਬਹੁਤੀ ਦੂਰ ਨਹੀਂ ਹੈਗੀ, ਪਿੰਡ ਦੇ ਵੀ ਇਹ ਨੇੜੇ ਹੀ ਜਿਹੜੀ ਜ਼ਮੀਨ ਹੈਗੀ ਹੈ। ਅਤੇ ਪੰਜਾਬ ਦਾ ਜਿਹੜਾ ਰਕਬਾ ਇਹ ਹੈਗਾ, ਅਤੇ ਚਾਹਵਾਨ ਜਿਹੜੇ ਇਸ ਜ਼ਮੀਨ ਨੂੰ ਖਰੀਦਣ ਦੇ ਚਾਹਵਾਨ ਵੀਰ ਨੇ, ਭਰਾ ਨੇ, ਉਹ ਹੇਠ ਦਿੱਤੇ ਨੰਬਰ ਦੇ ਉੱਪਰ ਹੈ ਜਿਹੜੇ ਸੰਪਰਕ ਹੈ ਕਰ ਸਕਦੇ ਆ, ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ। ਜਿਹੜੇ ਨੰਬਰ ਹੇਠਾਂ ਦੇਖ ਰਹੇ ਹੋ ਤੁਸੀਂ, ਉਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਇਹ ਜ਼ਿਆਦਾ ਜਾਣਕਾਰੀ ਹੈ ਜਿਹੜੀ ਇਸ ਜ਼ਮੀਨ ਦੇ ਬਾਬਤ ਜਿਹੜੀ ਤੁਸੀਂ ਲੈ ਸਕਦੇ ਹੋ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇ ਅਗਰ ਤੁਸੀਂ ਆਪਣੀ ਜ਼ਮੀਨ, ਦੁਕਾਨ, ਮਕਾਨ, ਪਲਾਟ ਕੁਛ ਵੀ ਹੈ ਵੇਚਣਾ ਚਾਹੁੰਦੇ ਹੋ ਅਤੇ ਸਾਡੇ ਚੈਨਲ ਤੋਂ ਐਡ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਜਿਹੜਾ ਚੈਨਲ ਦਾ ਉੱਪਰ ਦਿੱਤਾ ਨੰਬਰ ਹੈ ਉਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ, ਕਿਉਂਕਿ ਉੱਪਰ ਵਾਲਾ ਨੰਬਰ ਹੈ ਜਿਹੜਾ ਚੈਨਲ ਦਾ, ਅਤੇ ਥੱਲੇ ਵਾਲਾ ਨੰਬਰ ਹੈ ਜਿਹੜਾ ਜਿਹੜੇ ਜ਼ਮੀਨ ਦੇ ਹੈਗੀ ਹੈ ਜਿਹਨਾਂ ਕੋਲ ਉਹਨਾਂ ਦੇ ਨੰਬਰ ਨੇ, ਉਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ। ਚੈਨਲ ਵਾਸਤੇ ਜੇ ਸੰਪਰਕ ਕਰਨਾ ਤਾਂ ਉੱਪਰ ਦਿੱਤੇ ਨੰਬਰ 'ਤੇ ਸੰਪਰਕ ਹੈ ਜਿਹੜਾ ਕਰ ਸਕਦੇ ਹੋ। ਅਤੇ ਬਾਕੀ ਜੇ ਕਿਸੇ ਵੀਰ ਨੇ ਪ੍ਰਮੋਸ਼ਨ ਕਰਵਾਉਣੀ ਹੋਵੇ ਸਾਡੇ ਚੈਨਲ ਦੇ ਰਾਹੀਂ, ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਵਾਉਣੀ ਹੋਵੇ, ਆਪਣੇ ਕਾਰੋਬਾਰ ਦੀ ਪ੍ਰਮੋਸ਼ਨ ਕਰਵਾਉਣੀ ਹੋਵੇ, ਤਾਂ ਉਹ ਵੀ ਸਾਡੇ ਨਾਲ ਹੈ ਜਿਹੜਾ ਸੰਪਰਕ ਹੈ ਚੈਨਲ ਦੇ ਕੰਟੈਕਟ ਨੰਬਰ ਉੱਪਰ ਕਰ ਸਕਦਾ, ਅਤੇ ਅਸੀਂ ਉਸਦੀ ਪ੍ਰਮੋਸ਼ਨ ਵੀ ਕਰਾਂਗੇ। ਅਤੇ ਜੇ ਕੋਈ ਐਡ ਪਵਾਉਣੀ ਹੈ ਤਾਂ ਅਸੀਂ ਐਡ ਵੀ ਇਸ ਚੈਨਲ ਦੇ ਉੱਪਰ ਜਿਹੜੀ ਪਬਲਿਸ਼ ਕਰਾਂਗੇ। ਤਾਂ ਜਿਹੜੇ ਸਾਡੇ ਵੀਰ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਹੈ ਜਿਹੜਾ ਜ਼ਰੂਰ ਕਰ ਲਓ, ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ, ਅਤੇ ਆਪਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੈ ਜਿਹੜਾ ਜ਼ਰੂਰ ਕਰ ਦਿਓ। ਅਤੇ ਇਸ ਵੀਡੀਓ ਨੂੰ ਜੇ ਆਪਾਂ ਦੂਰੀ ਦੀ ਗੱਲ ਕਰੀਏ ਤਾਂ ਸਰਦੂਲਗੜ੍ਹ ਸ਼ਹਿਰ ਪੰਜਾਬ ਦਾ ਜਿਹੜਾ ਹੈਗਾ, ਮਾਨਸਾ ਜ਼ਿਲ੍ਹੇ ਦਾ ਸ਼ਹਿਰ ਹੈ, ਉਸ ਸ਼ਹਿਰ ਤੋਂ ਤਕਰੀਬਨ 9 ਕਿਲੋਮੀਟਰ ਦੀ ਦੂਰੀ 'ਤੇ ਇਹ ਜ਼ਮੀਨ ਹੈ ਜਿਹੜੀ ਸਥਿਤ ਹੈ। ਅਤੇ ਚਾਹਵਾਨ ਵਿਅਕਤੀ ਹੈ ਜਿਹੜੇ ਹੇਠ ਦਿੱਤੇ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਇਸ ਜ਼ਮੀਨ ਨੂੰ ਖਰੀਦ ਸਕਦੇ ਹੈ ਜਾਂ ਇਸ ਜ਼ਮੀਨ ਬਾਰੇ ਜਾਣਕਾਰੀ ਲੈ ਸਕਦੇ ਹੈ।